ਮੈਂ ਹਰਦੀਪ ਕੌਰ ਯੂਫੋ ਨਿਊਜ਼ ਤੋਂ ਪੇਸ਼ ਕਰਦੀ ਹਾਂ ਪੰਜਾਬੀ ਖਬਰਾਂ। ਕਾਰਮਲਾਈਟ ਸੋਸ਼ਲ ਸਰਵਿਸ ਕੱਕੋ ਦੀ ਟੀਮ ਵੱਲੋਂ ਡਾਇਰੈਕਟਰ ਫਾਦਰ ਅਬਰਾਹਮ ਜੀ ਦੀ ਰਹਿਨੁਮਾਨਗੀ ਹੇਠ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਲੇਬਰ ਸ਼ੈੱਡ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਸ਼੍ਰੀਮਤੀ ਸੁਚੇਤਾ ਆਸ਼ੀਸ਼ ਦੇਵ, ਚੀਫ ਜੁਡੀਸ਼ੀਅਲ ਮੈਜਿਸਟਰੇਟ ਕੌਮ ਸਿਕਿਉਰਿਟੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੁਸ਼ਿਆਰਪੁਰ ਜੀ ਬਣੇ। ਇਸ ਮੌਕੇ ਹੁਸ਼ਿਆਰਪੁਰ ਦੇ 250 ਮਜ਼ਦੂਰ ਹਾਜ਼ਰ ਸਨ। ਕਾਰਮਲਾਈ ਸੋਸ਼ਲ ਸਰਵਿਸ ਵੱਲੋਂ ਮੌਜੂਦਾ ਮਜ਼ਦੂਰਾਂ ਨੂੰ ਰਾਸ਼ਨ ਵੀ ਦਿੱਤਾ ਗਿਆ। ਇਸ ਸਮਾਗਮ ਵਿੱਚ ਸ਼੍ਰੀ ਨਵਦੀਪ ਸਿੰਘ ਲੇਬਰ ਇਨਫੋਰਸਮੈਂਟ ਆਫਿਸਰ, ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਸੰਦੀਪ ਕੁਮਾਰ ਐਡਵੋਕੇਟ ਕੌਂਸਲ ਯੂਨੀਅਨ ਆਫ ਇੰਡੀਆ, ਸ਼੍ਰੀ ਪਵਨ ਲੀਗਲ ਅਸਿਸਟੈਂਟ ਅਤੇ ਕਾਰਮਲਾਈ ਸੋਸ਼ਲ ਸਰਵਿਸ ਚਾਈਲਡਲਾਈਨ ਹੁਸ਼ਿਆਰਪੁਰ ਦੀ ਟੀਮ ਹਾਜ਼ਰ ਸੀ। ਇਸ ਮੌਕੇ ਕਾਰਮਲਾਈ ਸੋਸ਼ਲ ਸਰਵਿਸ ਦੇ ਇੱਕ ਨੁਮਾਇੰਦੇ ਵੱਲੋਂ ਮਜ਼ਦੂਰ ਦਿਵਸ ਦੀ ਮਹੱਤਤਾ ਅਤੇ ਉਸ ਦੇ ਮਨਾਉਣ ਦਾ ਕਾਰਨ ਦੱਸ ਕੇ ਮੌਜੂਦਾ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਗਿਆ। ਦੱਸਦੇ ਨੇ ਉਹਨਾਂ ਨੂੰ ਇਨਫੋਰਸਮੈਂਟ ਏਜੰਸੀ ਵੀ ਚਾਹੀਦੀ ਹੈ, ਕਿਸ ਤਰ੍ਹਾਂ ਆਪਣੇ ਅਧਿਕਾਰ ਆਪਾਂ ਲੈਣੇ ਹੈ। ਸਾਥੀਓ, ਫਰਜ਼ ਕਰੋ ਮੈਂ ਮਜ਼ਦੂਰ ਹਾਂ, ਮੇਰੇ 'ਤੇ ਕਿਸੇ ਨੇ ਕੇਸ ਕਰ ਦਿੱਤਾ ਹੈ। ਇੱਕ ਬੰਦਾ ਹੈ ਬੜਾ ਅਮੀਰ ਹੈ, ਮੈਂ ਮਜ਼ਦੂਰੀ ਕਰਦਾ, ਦਿਹਾੜੀ ਉਹੀ ਕਮਾਉਣਾ ਅਤੇ ਉਹੀ ਖਾਣਾ, ਕੀ ਮੈਂ ਉਸ ਬੰਦੇ ਦੀ ਬਰਾਬਰੀ ਕਰ ਸਕਦਾ? ਨਹੀਂ ਕਰ ਸਕਦਾ। ਪਰ ਕਾਨੂੰਨ ਸੁਪਰੀਮ ਕੋਰਟ ਦਾ ਇਹ ਕਹਿੰਦਾ ਜੇ ਅਮੀਰ ਹੈ ਉਹ ਪੈਸਾ ਲਾ ਕੇ ਕੇਸ ਜਿੱਤ ਸਕਦਾ ਅਤੇ ਗਰੀਬ ਨੂੰ ਉਸ ਤੋਂ ਵਾਂਝਾ ਰੱਖਿਆ ਜਾਣਾ ਚਾਹੀਦਾ? ਨਹੀਂ ਜਾਣਾ ਚਾਹੀਦਾ। ਇੱਦਾਂ ਨਹੀਂ, ਫਿਰ ਆਵਾਜ਼ ਤੁਹਾਡੀ ਨਹੀਂ ਆਏਗੀ, ਗੱਲ ਨਹੀਂ ਹੋਏਗੀ। ਨਹੀਂ ਨਹੀਂ ਹੈ। ਇਸ ਕਰਕੇ ਇਹ ਜਿਹੜੇ ਲੀਫ ਹੈ ਪੰਜਾਬੀ ਸਾਰੇ ਜਾਣਦੇ ਆ, ਕਿਸੇ ਨੂੰ ਵੀ ਕੁਛ ਕਾਨੂੰਨੀ ਸਲਾਹ ਚਾਹੀਦੀ ਹੈ, ਉਹ ਸਾਡੇ ਦਫ਼ਤਰ ਦੇ ਵੱਲੋਂ ਤੁਹਾਨੂੰ ਮੁਫ਼ਤ ਮੁਹੱਈਆ ਕਰਾਈ ਜਾਂਦੀ ਹੈ। ਜੇ ਕਿਸੇ ਨੇ ਕੋਈ ਸਿਰਫ ਸਲਾਹ ਹੀ ਲੈਣੀ ਹੈ ਉਹ ਵੀ ਮਿਲਦੀ ਹੈਗੀ ਹੈ, ਵਕੀਲ ਦਿੰਦਾ ਸਲਾਹ। ਜੇ ਕਿਸੇ ਨੇ ਕਚਹਿਰੀਆਂ 'ਚ ਕੇਸ ਕਰਨਾ ਹੈ ਕੇਸ ਕਰਨ ਦੇ ਲਈ, ਇਹਨਾਂ ਦੀ ਭਲਾਈ ਉੱਥੋਂ ਯਾਰ ਰੋਟ ਸੀ ਮੋਗੇ ਦਾ ਫੜਿਆ, ਉਹ ਮੋਗੇ ਵਾਲੇ ਕਹਿੰਦੇ ਸੀ ਵੀ ਪਾਗਲਖਾਨੇ ਦਾ ਮੈਂ ਨਾ ਘਬਰਾਇਆ, ਬਿਨਾਂ ਬਰੇ ਕੋ ਸਾਈਕਲ ਚੱਕ ਕੇ ਨਹਿਰੇ ਲਾਇਆ। ਉਹ ਨਹਿਰ ਦੇ ਉੱਤੇ ਸੀ ਇੱਕ ਬੁੱਢੀ ਜਾਂਦੀ, ਉਹਨੂੰ